ਉਹਨਾਂ ਨੇ ਕਿਹਾ ਅਤੇ ਟੀਚਰਸ ਟ੍ਰਾਂਸਫਰ ਨੀਤੀ ਲਾਗੂ ਹੋਣ ਨਾਲ ਜਿੰਨੇ ਵੀ ਟੀਚਰਸ ਨੇ ਅਧਿਆਪਕ ਨੇ ਉਹਨਾਂ ਨੂੰ ਫਾਇਦਾ ਹੋਣ ਵਾਲਾ ਹੈ। ਵਿਜੇਂਦਰ ਸਿੰਗਲਾ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ। ਪਹਿਲਾਂ ਇਹਨਾਂ ਦੇ ਕੋਲ PWD ਮਹਿਕਮਾ ਸੀ ਪਰ ਅੱਜ ਕੱਲ੍ਹ ਸਿੱਖਿਆ ਵਿਭਾਗ ਇਹਨਾਂ ਨੂੰ ਦਿੱਤਾ ਗਿਆ ਹੈ। ਵਿਜੇਂਦਰ ਸਿੰਗਲਾ ਅੱਜ ਇਸ ਮੁਤਲਿਕ ਜਾਣਕਾਰੀ ਦਿੰਦੇ ਨਜ਼ਰ ਆਉਣਗੇ। ਅਧਿਆਪਕਾਂ ਦੀ ਨਵੀਂ ਟ੍ਰਾਂਸਫਰ ਨੀਤੀ ਦੇ ਮੁਤਲਿਕ ਇਹ ਜਾਣਕਾਰੀ ਸਾਂਝੀ ਕਰਨਗੇ। ਹੁਣ ਨਵੀਂ ਔਨਲਾਈਨ ਪ੍ਰੋਸੈਸਿੰਗ ਤਬਾਦਲਾ ਨੀਤੀ ਜਿਹੜੀ ਹੈ ਉਸ ਬਾਰੇ ਜਾਣਕਾਰੀ ਦੇਣਗੇ। ਤਬਾਦਲਾ ਨੀਤੀ ਹੈਗੀ ਕਿ ਤੁਸੀਂ ਵੇਖ ਸਕਦੇ ਹੋ ਅਧਿਆਪਕਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਹੁਣ ਔਨਲਾਈਨ ਬਦਲੀਆਂ ਹੋਇਆਂ ਕਰਨਗੀਆਂ। ਨਵੀਂ ਔਨਲਾਈਨ ਤਬਾਦਲਾ ਨੀਤੀ 2019 ਦੇ ਤਹਿਤ ਇਸ ਸਾਲ ਅਧਿਆਪਕਾਂ ਦੇ ਤਬਾਦਲੇ ਹੋਣਗੇ। ਨਵੀਂ ਔਨਲਾਈਨ ਤਬਾਦਲਾ ਨੀਤੀ ਦੇ ਤਹਿਤ ਅਧਿਆਪਕਾਂ ਦੀਆਂ ਬਦਲੀਆਂ ਮੈਰਿਟ ਦੇ ਆਧਾਰ ਉੱਤੇ ਹੋਇਆ ਕਰਨਗੀਆਂ। ਸਾਰਿਆਂ ਨੂੰ ਕਿਹਾ ਜਾ ਰਿਹਾ ਇਹਦਾ ਫਾਇਦਾ ਹੋਣ ਵਾਲਾ ਹੈ। ਨਵੀਂ ਤਬਾਦਲਾ ਨੀਤੀ ਦੇ ਤਹਿਤ ਹੁਣ ਅਧਿਆਪਕਾਂ ਦੀਆਂ ਬਦਲੀਆਂ 'ਚ ਕਿਸੇ ਵੀ ਵਿਅਕਤੀ ਵਿਸ਼ੇਸ਼ ਅਫਸਰਸ਼ਾਹੀ ਲੀਡਰ ਦੀ ਸਿਫਾਰਿਸ਼ ਨਹੀਂ ਚੱਲੇਗੀ, ਸਗੋਂ ਮੈਰਿਟ ਅਤੇ ਕਾਰਗੁਜ਼ਾਰੀ ਦੇ ਆਧਾਰ 'ਤੇ ਔਨਲਾਈਨ ਤਬਦੀਲੀਆਂ ਹੋਇਆ ਕਰਨਗੀਆਂ। ਤਬਾਦਲਾ ਇਸ ਤਰ੍ਹਾਂ ਦਾ ਹੁਣ ਸਿਸਟਮ ਇਹਨਾਂ ਨੇ ਬਣਾਇਆ ਗਿਆ, ਇਸ ਤਰ੍ਹਾਂ ਹੋਇਆ ਕਰੇਗਾ। ਨਵੀਂ ਤਬਾਦਲਾ ਨੀਤੀ ਦੇ ਤਹਿਤ ਕੈਂਸਰ ਸਣੇ ਗੰਭੀਰ ਬਿਮਾਰੀਆਂ ਤੋਂ ਪੀੜਤ ਅਧਿਆਪਕਾਂ ਲਈ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ।